ਨਹਿਰ 'ਚ ਸੁੱਟਤਾ ਜੀ, ਗਲਾ ਘੁੱਟ ਕੇ ਜੀ ਸਾਡੇ ਬੱਚੇ ਨੂੰ ਜੀ। ਅਸੀਂ ਇਨਸਾਫ ਦੀ ਮੰਗ ਕਰਨੀ ਚਾਹੁੰਦੇ ਹਾਂ ਜੀ, ਸਖ਼ਤ ਤੋਂ ਸਖ਼ਤ ਸਜ਼ਾ ਹੋਈ। ਬਿਹਾਰ ਤੋਂ ਮਾੜਾ ਹਾਲ ਹੋਇਆ ਪਿਆ ਜੀ ਪੰਜਾਬ ਦਾ। ਅਸੀਂ ਕਹਿਣਾ ਚਾਹੁੰਦੇ ਹਾਂ ਵੀ ਅਸੀਂ ਬੱਚਾ ਸਾਡਾ ਰਾਤ ਨੂੰ ਗਿਆ, ਉਹਨਾਂ ਨੇ ਫੋਨ ਕਰਕੇ ਬੁਲਾਇਆ ਉਸ ਨੂੰ, ਉਹ ਜਦੋਂ ਚਲਿਆ ਗਿਆ ਅਸੀਂ ਰਾਤ ਨੂੰ ਉਹਦੀ ਪੁੱਛ ਪੜਤਾਲ ਕਰੀ ਜੀ, ਉਹਦਾ ਫੋਨ ਬੰਦ ਹੋ ਗਿਆ। ਸਾਨੂੰ ਜਦੋਂ ਕੋਈ ਉਹਦਾ ਕੁਛ ਨਾ ਨਿਕਲੀ ਤੜਕੇ ਨੂੰ, ਅਸੀਂ ਫਿਰ ਪੁੱਛਦਾ ਸਾਰੇ ਕਰੀ, ਕਿਤੋਂ ਨਹੀਂ ਉਹਦਾ ਨਾ ਫੋਨ ਆਇਆ ਨਾ ਸਾਨੂੰ ਉਹਦਾ ਕੋਈ ਪਤਾ ਲੱਗਿਆ। ਜਦੋਂ ਇਹ ਗੱਲਾਂ ਕਰਕੇ ਹੌਲੀ ਹੌਲੀ ਅਸੀਂ ਪੁਲਿਸ ਦੇ ਵਿੱਚ ਪਹੁੰਚ ਗਏ, ਉੱਥੇ ਲਿਖਾਉਣ ਵੀ ਸਾਡਾ ਬੱਚਾ ਗੁੰਮ ਹੈ। ਸਾਰਾ ਦਿਨ ਸਾਨੂੰ ਫਿਰ ਨਹੀਂ ਪਤਾ ਲੱਗਿਆ ਵੀ ਕਿੱਧਰ ਗਿਆ ਬੱਚਾ ਸਾਡਾ, ਨਾ ਕੋਈ ਪੁਲਿਸ ਨੂੰ ਭੇਤ ਲੱਗਿਆ। ਹੌਲੀ ਹੌਲੀ ਜਦੋਂ ਪੁਲਿਸ ਨੇ ਪੜਤਾਲ ਸ਼ੁਰੂ ਕੀਤੀ ਅਤੇ ਅਸੀਂ ਉਹ ਮੁੰਡੇ ਦੱਸੇ ਸੀ ਜਿਹੜਿਆਂ ਨੂੰ ਫੋਨ ਕਰਕੇ ਬੁਲਾਇਆ ਸੀ, ਉਹ ਪੁਲਿਸ ਦੇ ਹੱਥ ਲੱਗ ਗਏ। ਉਹਨਾਂ ਨੇ ਫਿਰ ਦੱਸਿਆ ਵੀ ਅਸੀਂ ਮਾਰ ਕੇ ਉਹ ਨਹਿਰ ਦੇ ਵਿੱਚ ਸੁੱਟਤਾ, ਅਤੇ ਨਹਿਰ ਦੇ ਵਿੱਚੋਂ ਵੀ ਸਾਨੂੰ ਉਦੋਂ ਕੋਈ ਪਤਾ ਨਹੀਂ ਲੱਗਿਆ, ਕਿਉਂ ਇਹ 21 ਤਰੀਕ ਨੂੰ 9:30 ਵਜੇ ਘਰੋਂ ਜਾਂਦਾ, ਕੋਈ ਭੇਤ ਨਹੀਂ ਲੱਗਿਆ ਉਹਦਾ। ਕੱਲ੍ਹ ਅਸੀਂ ਸਾਰਾ ਦਿਨ ਥਾਣੇ 'ਚ ਰਹੇ, ਪੁਲਿਸ ਫਿਰ ਕੱਲ੍ਹ ਵੀ ਭਾਲਦੀ ਫਿਰਦੀ ਰਹੀ। ਅੱਜ ਵੀ ਅਸੀਂ 10 ਵਜੇ ਥਾਣੇ 'ਚ ਬੁਲਾਇਆ ਸੀ ਸਾਨੂੰ ਵੀ ਆ ਜਿਓ, ਪਰ ਰਾਤ ਸਾਨੂੰ ਪੁਲਿਸ ਵਾਲਿਆਂ ਨੇ ਪਹਿਲਾਂ ਸੱਦ ਲਿਆ ਸੀ, ਰਾਤ ਵੀ ਕੋਈ ਬਾਹਲੀ ਗੱਲ ਦਾ ਨਹੀਂ ਪਤਾ ਲੱਗਿਆ। ਅਤੇ ਤੜਕੇ ਜਦੋਂ ਬੰਦੇ ਸਾਡੇ ਭਾਲਣ ਗਏ ਤਾਂ ਜਿਹੜੀ ਉਹਨਾਂ ਨੇ ਕਿਹਾ ਸੀਗਾ ਨਾ ਵੀ ਅਸੀਂ ਨਹਿਰ ਦੇ ਵਿੱਚ ਸੁੱਟਤਾ ਮਾਰ ਕੇ, ਉਹ ਨਹਿਰ ਦੇ ਵਿੱਚ ਭਾਲਦੇ ਭਾਲਦੇ ਅੱਜ ਬੱਲੋ ਦੇ ਕੋਲੋਂ ਜਾ ਕੇ ਸਾਨੂੰ ਉਹਦੀ ਲਾਸ਼ ਮਿਲੀ। ਫਿਰ ਉਹ ਲਾਸ਼ ਮਿਲੀ ਤਾਂ ਫਿਰ ਪੁਲਿਸ ਪ੍ਰਸ਼ਾਸਨ ਵੀ ਉੱਥੇ ਸੱਦ ਲਿਆ। ਹੁਣ ਉਹਦੀ ਲਾਸ਼ ਲੈ ਕੇ ਅਸੀਂ ਇੱਥੇ ਬਰਨਾਲੇ ਸਿਵਲ ਹਸਪਤਾਲ ਦੇ ਵਿੱਚ ਆ ਗਏ ਵੀ ਅਸੀਂ, ਬੱਚਾ ਸਾਡਾ ਵਧੀਆ ਕੰਮ ਕਰਦਾ ਸੀ, ਟੈਕਸੀ ਚਲਾਉਂਦਾ ਸੀ, ਉਹ ਮੁੰਡੇ ਪਹਿਲਾਂ ਵੀ ਇਹਦੇ ਕੋਲ ਆਉਂਦੇ ਜਾਂਦੇ, ਜਿਸ ਕਾਰਨ ਇਹ ਚਲਿਆ ਗਿਆ ਰਾਤ ਨੂੰ। ਅਸੀਂ ਜੇ ਆਪਾਂ ਇੱਥੋਂ ਬਰਨਾਲੇ ਦੇ ਵਿੱਚੋਂ ਕੋਈ ਟੈਕਸੀ ਲੈਣ ਜਾ ਕੇ ਸਾਡੇ ਨਾਲ ਨਹੀਂ ਕੋਈ ਤੁਰਦਾ ਜੇ ਸਾਡੀ ਜਾਣ ਪਛਾਣ ਨਹੀਂ, ਕਿਉਂ ਅੱਜ ਕੱਲ੍ਹ ਹਾਲਾਤ ਇਹੋ ਜਿਹੇ ਆ ਉਹ। ਪਰ ਜਾਣ ਪਛਾਣ ਕਰਕੇ ਬੱਚਾ ਸਾਡਾ ਚਲਿਆ ਗਿਆ, ਪਰ ਸਾਨੂੰ ਇਹ ਨਹੀਂ ਸੀ ਪਤਾ ਵੀ ਸਾਡਾ ਬੱਚਾ ਮੁੜ ਕੇ ਨਹੀਂ ਆਉਣਾ। ਅਤੇ ਪੁਲਿਸ ਦੇ ਕੋਲ ਉਹ ਮੰਨ ਗਏ, ਬਿਆਨ ਇਕਬਾਲ ਉਹਨਾਂ ਨੇ ਕਰ ਲਏ। ਵਜ੍ਹਾ ਰੰਜਸ ਕੀ ਬਣੀ, ਕਿਉਂ ਵਜ੍ਹਾ ਰੰਜਸ ਉਹਨਾਂ ਦੀ ਕੋਈ ਨਹੀਂ ਸੀ, ਵਧੀਆ ਯਾਰ ਮਿੱਤਰ ਸੀਗੇ। ਸਾਨੂੰ ਨਹੀਂ ਸਮਝ ਲੱਗੀ ਵੀ ਉਹਨਾਂ ਦੇ ਕੀ ਮਨ 'ਚ ਬਦੀ ਉੱਠੀ ਆ, ਕਿਉਂ ਉਹਨਾਂ ਨੇ ਸਾਡਾ ਬੱਚਾ ਮਾਰਿਆ। ਪਹਿਲਾਂ ਉਹ ਆਉਂਦੇ ਜਾਂਦੇ ਸੀ ਘਰੇ ਅਤੇ ਕੋਈ ਕਦੇ ਐਸੀ ਗੱਲ ਨਹੀਂ ਸੀ ਹੋਈ, ਤਾਂ ਹੀ ਉਹ ਗਿਆ। ਨਹੀਂ 9:30 ਵਜੇ ਰਾਤ ਨੂੰ ਕਿਹੜਾ ਟੈਕਸੀ ਵਾਲਾ ਜਾਂਦਾ, ਇਹ ਤਾਂ ਆਪਦੇ ਪਰਿਵਾਰ ਦੇ ਵਿੱਚ ਘਰੇ ਸੀਗਾ। ਇਹ ਵਿਆਹਵਾ ਸੀ। ਕਿੰਨੀ ਉਮਰ ਸੀ ਇਹਦੀ? ਇਹਦੀ 22 ਸਾਲ ਉਮਰ ਸੀ। ਕੰਮ ਕੀ ਕਰਦਾ ਸੀ? ਕੰਮ ਤਾਂ ਇਹ ਆਪਦੇ ਕਿੱਲਾ ਕੇ ਦੀ ਖੇਤੀ ਸੀ, ਬਾਕੀ ਇਹ ਟੈਕਸੀ ਚਲਾਉਂਦਾ ਸੀ, ਗੱਡੀ ਇਹਦੀ ਆਪਦੀ ਲਈ ਸੀ। ਕਿੰਨੇ ਜਣਿਆਂ ਨੇ ਕਤਲ ਕੀਤਾ, ਕਾਹਦੇ ਨਾਲ ਕੀਤਾ ਜੀ? ਕਤਲ ਤਾਂ ਉਹਨਾਂ ਨੇ ਜੀ ਗਲ ਘੁੱਟ ਕੇ ਕੀਤਾ, ਗਲ ਦੇ ਵਿੱਚ ਪਾ ਕੇ ਦੁਪੱਟਾ ਉਹਨੂੰ ਫਾਹਾ ਹੀ ਦੇਤਾ। ਦੁਪੱਟਾ ਉਹਦਾ ਉਹ ਮੌਜੂਦ ਸੀਗਾ ਜਦੋਂ ਨਹਿਰ 'ਚੋਂ ਕੱਢਿਆ, ਉਦੋਂ ਵੀ ਉਹਦੇ ਗਲ 'ਚ ਹੀ ਹੈ। ਕੀ ਨਾਮ ਹੈ ਤੁਹਾਡਾ ਜੀ? ਹਰਦੀਪ ਸਿੰਘ ਜੀ। ਨਹਿਰ 'ਚ ਸੁੱਟਤਾ ਜੀ, ਗਲਾ ਘੁੱਟ ਕੇ ਜੀ ਸਾਡੇ ਬੱਚੇ ਨੂੰ ਜੀ। ਅਸੀਂ ਇਨਸਾਫ ਦੀ ਮੰਗ ਕਰਨੀ ਚਾਹੁੰਦੇ ਹਾਂ ਜੀ, ਸਖ਼ਤ ਤੋਂ ਸਖ਼ਤ ਸਜ਼ਾ ਹੋਈ। ਬਿਹਾਰ ਤੋਂ ਮਾੜਾ ਹਾਲ ਹੋਇਆ ਪਿਆ ਜੀ ਪੰਜਾਬ ਦਾ। ਅਸੀਂ ਪੰਜਾਬ ਸਰਕਾਰ ਨੂੰ ਹੱਥ ਬੰਨ ਕੇ ਬੇਨਤੀ ਕਰਦੇ ਹਾਂ ਕਿ ਸਾਡੇ ਬੱਚੇ ਦਾ ਇਨਸਾਫ ਜਲਦੀ ਤੋਂ ਜਲਦੀ ਮਿਲਣਾ ਚਾਹੀਦਾ ਜੀ ਸਾਨੂੰ। ਇਹ ਕਾਤਲ ਕੌਣ ਹੈਗੇ? ਕਾਤਲ ਉਹਦੇ ਯਾਰ ਦੋਸਤ ਹੀ ਹੈ ਜੀ, ਪਹਿਲਾਂ ਆਉਂਦੇ ਜਾਂਦੇ ਸੀਗੇ ਜੀ ਉਹਦੇ ਕੋਲ, ਕੋਈ ਪਤਾ ਨਹੀਂ ਲੱਗਾ ਕਿ ਰੰਜਸ ਕੀ ਸੀ ਇਹਨਾਂ ਦੀ। ਘਰੋਂ ਬੁਲਾਇਆ ਜੀ, ਘਰੋਂ ਬੁਲਾ ਕੇ ਗਲਾ ਘੁੱਟ ਕੇ ਨਹਿਰ 'ਚ ਸੁੱਟਤਾ ਜੀ, ਪਰਨਾ ਵੀ ਇਸ ਟਾਈਮ ਉਹਦੇ ਗਲ 'ਚ ਆ ਜੀ। ਕਿੰਨੇ ਦਿਨਾਂ ਬਾਅਦ ਲਾਸ਼ ਮਿਲੀ ਹੈਗੀ? 5 ਦਿਨਾਂ ਬਾਅਦ, 21 ਦੇ ਤਰੀਕ ਦੀ ਗੱਲ ਹੈ ਜੀ, ਅੱਜ 25 ਤਰੀਕ ਨੂੰ 12 ਵਜੇ ਲਾਸ਼ ਮਿਲਿਆ ਜੀ ਸਾਨੂੰ। ਇਹ ਕਿੱਥੋਂ ਰਹਿਣ ਵਾਲਾ ਸੀਗਾ ਤੇ ਕਿੰਨੀ ਉਮਰ ਸੀ ਇਹਦੀ? ਭਦੌੜ 22 ਸਾਲ ਦਾ ਜੀ, ਕੋਠੇ ਝਾਹੇ ਵਾਲੀ ਜੀ, ਪਿੰਡ ਭਦੌੜ ਕੋਠੇ ਝਾਹੇ ਵਾਲੀ। ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਸ਼ਮਸ਼ੇਰ ਸਿੰਘ ਹੈ ਜੀ, ਮੈਂ ਚਾਚਾ ਜੀ। ਬਾਈ ਜੀ ਕੀ ਕਹਿਣਾ ਚਾਹੁੰਦੇ? ਮੈਂ ਜੀ ਭਾਰਤੀ ਕਿਸਾਨ ਯੂਨੀਅਨ ਇੱਕ ਤੁਹਾਡੇ ਕੌਂਦਾ 'ਚ ਕੰਮ ਕਰਦਾ ਜੀ, ਮੈਂ ਭਦੌੜ ਕਾਈ 'ਚ ਦਾ ਵਰਕਰਾਂ ਜੀ। ਇਹ ਜੀ ਸਾਡੇ ਪਿੰਡ ਦਾ ਮੁੰਡਾ ਸੀਗਾ ਹਰਪ੍ਰੀਤ, ਉਹ 9:30 21 ਤਰੀਕ ਨੂੰ ਗਿਆ ਗਾ ਆਪਦੇ ਯਾਰਾਂ ਦੋਸਤਾਂ ਨੇ ਉਹਨੂੰ ਸੱਦਿਆ ਸੀਗਾ ਵੀ ਡਿਲੀਵਰੀ ਕੇਸ ਵਾਸਤੇ, ਅਤੇ ਟੈਕਸੀ ਲੈ ਕੇ ਗਿਆ ਸੀਗਾ ਡਿਜ਼ਾਇਰ ਗੱਡੀ, ਅਤੇ ਉਹ ਅੱਜ ਉਹਦੀ ਲਾਸ਼ ਮਤਲਬ ਉੱਥੇ ਬੱਲੋ ਪੁਲ ਤੋਂ ਮਿਲੀ ਹੈਗੀ। ਮੰਗ ਤਾਂ ਇਹੀ ਕਰਦੇ ਹਾਂ ਜੀ ਵੀ ਸਾਡਾ ਮੁੰਡਾ ਸੀਗਾ, ਇਕੱਲਾ ਘਰਿਆ ਸੀਗਾ ਵਿਚਾਰਾ, ਇਨਸਾਫ਼ ਮਿਲਣਾ ਚਾਹੀਦਾ ਜੀ ਉਹਨਾਂ ਨੂੰ, ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਆ, ਵੀ ਜਿਹੜਾ ਦੋਸ਼ੀ ਰਹਿੰਦਾ ਉਹਨੂੰ ਵੀ ਗ੍ਰਿਫਤਾਰ ਕਰਨਾ ਚਾਹੀਦਾ। ਅਤੇ ਪੁਲਿਸ ਨੇ ਕਿੰਨੇ ਗ੍ਰਿਫਤਾਰ ਕੀਤੇ ਹੈ, ਕਿੰਨੇ ਬਾਕੀ ਹੈਗੇ? ਪੁਲਿਸ ਨੇ 3 ਕਰਿਆ ਜੀ ਮੁੰਡੇ ਗ੍ਰਿਫਤਾਰ। ਵਜ੍ਹਾ ਰੰਜਸ ਕੋਈ ਬਣੇ ਪਤਾ ਲੱਗਿਆ ਕੁਛ? ਨਾ ਜੀ, ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੋ ਜੀ, ਸਾਨੂੰ ਵੀ ਨਹੀਂ ਉਨਾ ਪਤਾ ਵੀ ਕੀ ਰੰਜਸ ਸੀਗੀ ਕੋਈ। ਇਹ ਕਤਲ ਕਿਵੇਂ ਕੀਤਾ, ਕਿਉਂ ਕੀਤਾ ਜੀ? ਕਤਲ ਗਲਾ ਘੁੱਟ ਕੇ ਕਰਿਆ ਵੀਰੇ। ਲਾਸ਼ ਕਿੱਥੇ ਮਿਲੀ ਜੀ? ਲਾਸ਼ ਬੱਲੋ ਸੈਣੇ ਵਾਲੀ ਨਹਿਰ ਤੋਂ ਬੱਲੋ ਵਾਲੇ ਪੁਲ ਦੇ ਨੇੜੋਂ ਮਿਲੀ ਹੈ। ਕੀ ਨਾਮ ਹੈ ਤੁਹਾਡਾ ਜੀ? ਮੇਰਾ ਨਾਮ ਬਜੀਰ ਸਿੰਘ। ਸਰ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਇੱਕ ਨੌਜਵਾਨ ਦਾ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ? ਤਫਤੀਸ਼ ਚੱਲਦੀ ਆ, ਜੋ ਵੀ
दोषी होगा उन्होंने बख्शे नहीं जाएगा। झाई वाले कोठिया का रहने वाला भदौड़ का 21 तरीक न टैक्सी का काम करता गड्डी फोन करके इसने गड्डी मंगाई है वो गड्डी लेके चला गया मुड़ के बेचारा वापस नहीं आया जिसकी अज लास्ट मिली है सानू जिस संबंधी मुकदमा कल दर्ज करता सी 364 342 34 IPC के हूँ जिमें ज्यों ज्यों तफ्तीश का पार्ट होगा उम्मीद करी जुर्म का वाधा करके दोषी के खिलाफ कतल का मामला दर्ज किया गया। सर कोई जांच के सामने आए कि जो परिवारक मैंबर ने की एलीगेशन की लाए है सर? एलीगेशन तो यही है भी उन्होंने भी इनू घरों बुलाया गया बस एलीगेशन यही सी। किन्ने वालों बुलाया गया सर? किसी वो मुंडे ने फोन आया पता नहीं किसका फोन आया उन्होंने बेचारे नहीं पता वो CDR पवाई भी है CDR से जोड़ा न फोन आ गया से उन्होंने इनवाइट करा नामजित करके बई ने परचा दर्ज है जिन्होंने शक का जहर किया मनी वगैरह ने तीन चार मुंडे है वो दोस्त ही है।